ਫਾਈਨਾਂਸ ਬਿੱਲ ਦਾ ਨਾਮ ਤਬਦੀਲ ਕਰਦੇ ਆਈ ਐਮ ਐਫ ਐਵੀਡੈਂਸ ਫਾਈਨਾਂਸ ਬਿੱਲ 2019 ਰੱਖਿਆ ਬੰਦੀ ਹੈ। ਮੁਸਲਿਮ ਲੀਗ ਨੂਨ ਫਾਈਨਾਂਸ ਬਿੱਲ 2019 ਦੇ ਨਾਂ ਵਿੱਚ ਤਰਮੀਮ ਦੀ ਤਜਵੀਜ਼ ਪੇਸ਼ ਕਰ ਦਿੱਤੀ। ਸ਼ਹਿਬਾਜ਼ ਸ਼ਰੀਫ ਦੀ ਸਦਾਰਤ ਵਿੱਚ ਅਪੋਜੀਸ਼ਨ ਦੀ ਪਾਰਲੀਮਾਨੀ ਪਾਰਟੀ ਦੀ ਬੈਠਕ ਅਰਾਕੀਨ ਗੁਆਵਾਨ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੀ ਹਿਦਾਇਤ। ਆਖਿਆ ਪਿਛਲੇ ਕੁਝ ਅਰਕਾਨ ਗੈਰ ਹਾਜ਼ਰ ਰਹੀਏ, ਜਿਹੜਾ ਮੁਨਾਸਿਬ ਕਹਿਣੀ ਮੁਸਤਕਿਲ ਗੈਰ ਹਾਜ਼ਰ ਰਹਿਣ ਵਾਲਿਆਂ ਦਾ ਨੋਟਿਸ ਗਿਣਸੋ। ਵਜ਼ੀਰ ਆਜ਼ਮ ਇਮਰਾਨ ਖਾਨ ਟੈਕਸ ਐਮਨੈਸਟੀ ਸਕੀਮ ਵਿੱਚ ਤੌਸੀ ਦਾ ਇੰਦਿਆ ਦੇ ਦਿੱਤਾ। ਫੈਸਲਾ 48 ਘੰਟੇ ਥੀ ਵੇ ਸੀ। ਆਖਿਆ ਸਾਬਕ ਹੁਕਮਰਾਨਾਂ ਦੀ ਵਜ੍ਹਾ ਤੋਂ ਮੁਲਕ ਵਿੱਚ ਟੈਕਸ ਕਲਚਰ ਕਹਿ ਨਹੀਂ ਬਣਿਆ, ਅਸਾਂ ਕੋ ਮਿਲ ਤੇ ਮੁਲਕ ਕਰਜ਼ਿਆਂ ਦੀ ਦਲਦਲ ਤੋਂ ਕੱਢਣਾ ਹੈ। ਮੁਲਕੀ ਤਾਰੀਖ ਵਿੱਚ ਪਹਿਲੀ ਵਾਰੀ ਟੈਕਸ ਵਸੂਲੀ ਕੌਮੀ ਤਹਿਰੀਕ ਬਣ ਚੁੱਕੀ ਹੈ। ਟੈਕਸ ਵਸੂਲੀ ਕੋ ਤਹਿਰੀਕ ਦੀ ਸ਼ਕਲ ਦੇਵਣ ਦਾ ਕ੍ਰੈਡਿਟ ਵਜ਼ੀਰ ਆਜ਼ਮ ਕੋ ਵੇਂਦੇ ਪਾਕਿਸਤਾਨ ਕੋ ਖੁਦ ਇਨਸਾਰੀ ਦੀ ਮੰਜ਼ਿਲ ਨਾਲ ਹਮਕਿਨਾਰ ਕਰਨ ਦੀ ਤਰਫ ਕਦਮ ਕਪਤਾਨ ਉਠਾਇਆ। ਮਾਵੀ ਨੇ ਖਸੂਸੀ ਬਰਾਏ ਇਤਲਾਫ ਫਿਰਦੋਸ ਆਸ਼ਿਕ ਅਵਾਨ ਦਾ ਟਵਿੱਟਰ ਪੈਗਾਮ। ਸੁਪਰੀਮ ਕੋਰਟ ਦਾ ਰਾਇਲ ਪਾਮ ਕੰਟਰੀ ਕਲੱਬ ਕੋ ਪਾਕਿਸਤਾਨ ਰੇਲਵੇ ਦੇ ਹਵਾਲੇ ਕਰਨ ਦਾ ਹੁਕਮ। ਵਜ਼ੀਰ ਰੇਲਵੇ ਖੁਸ਼ਾਇਨ ਦੀ ਕਰਾਰ ਦੇ ਦਿੱਤਾ। 16-17 ਸਾਲ ਤੋਂ ਇਹ ਜਗ੍ਹਾ ਕਬਜ਼ਾ ਮਾਫੀਆ ਕੋਲ ਹੈ। ਸੁਪਰੀਮ ਕੋਰਟ ਦੇ ਫੈਸਲੇ ਕੋ ਵੈਲਕਮ ਕਰੇ ਨੂੰ ਇਹਦੇ ਨਾਲ ਰੇਲਵੇ ਖਸਾਰਾ ਕਾਫੀ ਹੱਦ ਤੱਕ ਘਟੀ ਸੀ। ਸ਼ੇਖ ਰਸ਼ੀਦ ATCH ਅਹਿਮ ਫੈਸਲੇ ਥੈ। ਵਫਾਕੀ ਹਕੂਮਤ ਤਿੰਨ ਮੰਗਦੀ ਹਕੂਮਤ ਤੇ ਬਜਟ ਪਾਸ ਕਰਵਾਉਣ ਕਿਤੇ ਵਫਾਕ ਕੋ ਲੈਣ ਦੇਣ ਕਰਨਾ ਪਿਆ। ਸਿੰਧ ਅਸੈਂਬਲੀ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਦੇ ਰਹਿਨੁਮਾ ਤੇ ਸੂਬਾਈ ਵਜ਼ੀਰ ਨਾਸਰ ਹੁਸੈਨ ਸ਼ਾਹ ਦੀ ਮੀਡੀਆ ਨਾਲ ਗਾਲ ਮੁਹਾਰ। ਨਾਰੋਵਾਲ ਵਿੱਚ ਪੁਲਿਸ ਦੀ ਵੱਡੀ ਕਾਰਵਾਈ। ਸੱਤ ਰੁਕਨੀ ਇਰਸ਼ਾਦ ਉਰਫ ਸ਼ਾਦਾ ਡਕੈਤ ਗੈਂਗ ਕੋ ਸਰਗੁਨਾ ਸਮੇਤ ਗ੍ਰਿਫਤਾਰ ਕਰ ਕੇ ਦਾ। ਮੁਲਜ਼ਮਾਂ ਤੋਂ ਵੱਡੀ ਮਿਕਦਾਰ ਵਿੱਚ ਅਸਲਾਹਾ ਤੇ ਮਸਰੂਕਾ ਸਾਮਾਨ ਬਰਾਮਦ। ਤਫਤੀਸ਼ ਕੀਤੇ ਮੁਲਜ਼ਮਾਂ ਕੋ ਨਾਮਾਲੂਮ ਮਕਾਮ ਤੇ ਮੁੰਤਕਿਲ ਕਰ ਦਿੱਤਾ ਗਿਆ।